ਇੱਕ ਕੈਟ ਦੀ ਬਰੀਡ ਹੈ ਜਿਹਨੂੰ ਕੌਫੀ ਬੀਨਸ ਪਹਿਲਾਂ ਖਵਾਏ ਜਾਂਦੇ ਆ, ਠੀਕ ਹੈ, ਫਿਰ ਸਵੇਰੇ ਅਗਲੇ ਦਿਨ ਉਹਦੇ ਵੇਸਟ ਦੇ ਵਿੱਚੋਂ ਉਹ ਕਲੈਕਟ ਕੀਤੀ ਜਾਂਦੀ ਹੈ, ਉਹਨੂੰ ਵਾਸ਼ ਕਰਕੇ ਉਹਦੀ ਐਸਿਡਿਟੀ ਵਧਾਉਣ ਲਈ ਬੇਸਿਕਲੀ, ਕਿਉਂਕਿ ਸਟਮਚ ਦੇ ਜਿਹੜੇ ਐਸਿਡ ਨੇ ਉਹ ਕੌਫੀ ਬੀਨ ਨੂੰ ਜੇ ਹੋਰ ਐਸਿਡਿਕ ਕਰ ਦੇਣ, ਕਿਉਂਕਿ ਨਾ ਹਰ ਕੌਫੀ ਮੈਂ ਤੁਹਾਨੂੰ ਦੱਸ ਰਿਹਾ ਅਰੇਬਿਕਾ, ਰੋਬਸਟਾ, ਇਹਨਾਂ ਦੇ ਡਿਫਰੈਂਟ ਡਿਫਰੈਂਟ ਫੀਚਰ ਨੇ, ਅਤੇ ਕਿਸ ਫੀਚਰ ਨੂੰ ਐਸਿਡਿਟੀ ਨਾਲ ਤੁਸੀਂ ਇਨਕਰੀਜ਼ ਕਰ ਸਕਦੇ ਹੋ, ਕਿਸ ਨੂੰ ਤੁਸੀਂ ਰੋਸਟ ਕਰਕੇ ਇਨਕਰੀਜ਼ ਕਰ ਸਕਦੇ ਹੋ, ਮਤਲਬ ਬੜੇ ਫੈਕਟਰ ਨੇ।